ਫਰੀਦਕੋਟ ਸੀਆਈਏ ਸਟਾਫ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋਂ ਸਟਾਫ ਵੱਲੋਂ ਗੋਲਡੀ ਬਰਾੜ ਅਤੇ ਲਾਲਚ ਬਿਸ਼ਨੋਈ ਦੇ ਰਾਈਟ ਹੈਂਡ ਮੰਨੇ ਜਾਂਦੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। ਜੀ ਹਾਂ, ਤੁਸੀਂ ਸਹੀ ਸੁਣਿਆ, ਸੀਆਈਏ ਸਟਾਫ ਮੁਖੀ ਅੰਮ੍ਰਿਤਪਾਲ ਨੇ ਇਹ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਗੈਂਗਸਟਰ ਗੁਰਚਰਨ ਸਿੰਘ ਉਰਫ ਰਿੰਕਾ, ਜਿਸ 'ਤੇ ਪਹਿਲਾਂ ਵੀ ਕਈ ਮੁਕੱਦਮੇ ਦਰਜ ਨੇ, ਉਹ ਗੈਂਗਸਟਰ ਗੋਲਡੀ ਬਰਾੜ ਅਤੇ ਲਾਲਚ ਬਿਸ਼ਨੋਈ ਨਾਲ ਫੋਨ 'ਤੇ ਸੰਪਰਕ 'ਚ ਰਹਿੰਦਾ ਸੀ। ਹੋਰ ਕੀ ਕੁਝ ਕਿਹਾ ਉਹਨਾਂ ਨੇ, ਆਓ ਤੁਸੀਂ ਵੀ ਸੁਣੋ। ਇਹ ਗੁਰਚਰਨ ਸਿੰਘ ਰਿੰਕਾ ਜੀ ਗੈਂਗਸਟਰ ਹੈ, ਗੋਲਡੀ ਬਰਾੜ ਦਾ ਅਤੇ ਲਾਰੈਂਸ ਬਿਸ਼ਨੋਈ ਦਾ ਇੱਕ ਤਰ੍ਹਾਂ ਦਾ ਰਾਈਟ ਹੈਂਡ ਮੈਨ ਹੈ। ਫਰੀਦਕੋਟ ਦਾ ਰਹਿਣ ਵਾਲਾ, ਪਹਿਲਾਂ ਵੀ ਇਹਦੇ 'ਤੇ ਕਾਫੀ ਪਰਚੇ ਆ। ਈਵਨ ਇੱਕ ਵਾਰੀ ਛੋਟੀ ਜਿਹੀ ਪੁਲਿਸ ਨਾਲ ਮੁੱਠਭੇੜ ਹੋਈ ਸੀ, ਉਦੋਂ ਫੜਿਆ ਗਿਆ ਸੀ ਇਹ, ਅਤੇ ਹੁਣ ਬਾਹਰ ਸੀ, ਉਹਨਾਂ ਲਈ ਕੰਮ ਕਰ ਰਿਹਾ ਸੀਗਾ, ਟੈਲੀਫੋਨ 'ਤੇ ਉਹਨਾਂ ਨਾਲ ਜੁੜਿਆ ਹੋਇਆ ਸੀ। ਅਤੇ ਅੱਜ ਇਹਦਾ ਪੁਲਿਸ ਰਿਮਾਂਡ ਖਤਮ ਹੋਇਆ ਅਤੇ ਇਹਨੂੰ ਜੇਲ੍ਹ 'ਚ ਲਿਜਾ ਰਹੇ ਹਾਂ। ਹਾਂਜੀ, ਇਹ ਗੋਲਡੀ ਲਈ ਕੰਮ ਕਰਦਾ ਸੀ, ਇਹ ਇੱਥੋਂ ਉਹਨਾਂ ਦੀ ਟਾਰਗੇਟ ਸਿਲੈਕਟ ਕਰਕੇ ਦਿੰਦਾ ਸੀਗਾ ਅਤੇ ਉਹ ਅੱਗੇ ਫੋਨਾਂ 'ਤੇ ਧਮਕੀਆਂ ਦਿੰਦੇ ਸੀ। ਅੱਜ ਉਹੀ ਧਮਕੀ ਵਾਲੇ ਕੇਸ 'ਚ ਪੇਸ਼ ਕੀਤਾ ਸੀ। ਇਹ ਸਾਦਕ ਦਾ ਕੇਸ ਸੀਗਾ ਜੀ, ਇੱਕ ਜਿਹੜੇ 'ਚ 307 ਦਾ ਕੇਸ ਸਿਟੀ ਫਰੀਦਕੋਟ ਦਾ ਸੀਗਾ, ਦੋ ਪਰਚੇ ਸੀ। ਉਹ ਪਹਿਲਾਂ ਇਹਨੂੰ ਉਹਦੇ 'ਚ ਸਾਦਕ ਵਾਲੇ ਪਰਚੇ 'ਚ ਫੜਿਆ ਸੀਗਾ ਅਤੇ ਹੁਣ 307 IPC ਦਾ ਪਰਚਾ ਸਿਟੀ ਫਰੀਦਕੋਟ ਦਰਜ ਹੈ, ਉਹਦੇ 'ਚ ਅੱਜ ਇਹਨੂੰ ਪੇਸ਼ ਕੀਤਾ। ਨਹੀਂ ਹਜੇ ਕੋਈ ਬਰਾਮਦ ਨਹੀਂ। ਜ਼ਿਕਰਯੋਗ ਹੈ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੇ ਉੱਤੇ ਇਸ ਤੋਂ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ। ਹੁਣ ਵੇਖਣਾ ਹੋਵੇਗਾ ਕਿ ਜਾਂਚ ਦੇ ਵਿੱਚ ਹੋਰ ਕੀ ਕੁਝ ਖੁਲਾਸੇ ਹੁੰਦੇ ਨੇ। ਫਰੀਦਕੋਟ ਤੋਂ ਗੁਰਜੀਤ ਰਮਾਣਾ ਦੀ ਰਿਪੋਰਟ, D5 ਚੈਨਲ ਪੰਜਾਬੀ। ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਆਪਣਾ ਧਰਮਿੰਦਰ ਸੰਧੂ। ਖਬਰਾਂ ਦਾ ਸਿਰਾ ਪ੍ਰੋਗਰਾਮ, ਜੋ ਤੁਹਾਡਾ ਆਪਣਾ ਪ੍ਰੋਗਰਾਮ ਹੈ ਉਸਨੂੰ ਤੁਸੀਂ ਰੋਜ਼ਾਨਾ ਸਵੇਰੇ ਦੇਖਦੇ ਹੋ, ਪਰ ਇਸ ਪ੍ਰੋਗਰਾਮ ਦੇ ਵਿੱਚ ਹੁਣ ਥੋੜ੍ਹੀ ਜਿਹੀ ਤਬਦੀਲੀ ਆਈ ਹੈ। ਤਬਦੀਲੀ ਸਮੇਂ 'ਚ ਆਈ ਹੈ। ਭਾਰਤੀ ਸਮੇਂ ਦੇ ਮੁਤਾਬਕ ਇਹ ਪ੍ਰੋਗਰਾਮ ਹੁਣ ਤੁਸੀਂ ਸਵੇਰੇ 7 ਵਜੇ ਲਾਈਵ ਦੇਖ ਸਕੋਗੇ, ਯਾਨੀ ਕਿ ਭਾਰਤੀ ਸਮਾਂ ਜਦੋਂ ਭਾਰਤ ਵਿੱਚ 7 ਵੱਜਦੇ ਨੇ ਤਾਂ ਉਦੋਂ ਤੁਸੀਂ ਇਹ ਪ੍ਰੋਗਰਾਮ ਦੇਖ ਸਕੋਗੇ। 7 ਤੋਂ ਲੈ ਕੇ 8 ਵਜੇ ਤੱਕ ਲਾਈਵ ਪ੍ਰੋਗਰਾਮ ਹੋਵੇਗਾ। ਜਿਸ ਤਰ੍ਹਾਂ ਰੋਜ਼ਾਨਾ ਤੁਸੀਂ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਦੇ ਨਾਲ ਜੁੜਦੇ ਹੋ, ਖਬਰਾਂ ਦਾ ਸਿਰਾ ਪ੍ਰੋਗਰਾਮ ਦਾ ਹਿੱਸਾ ਬਣਦੇ ਹੋ, ਉਸੇ ਤਰ੍ਹਾਂ ਹੀ 7 ਵਜੇ ਤੋਂ ਲੈ ਕੇ 8 ਵਜੇ ਤੱਕ ਵੀ ਤੁਸੀਂ ਰੋਜ਼ਾਨਾ ਜੁੜਨਾ ਹੈ। ਪਹਿਲਾਂ ਇਹ ਪ੍ਰੋਗਰਾਮ 8:30 ਤੋਂ ਲੈ ਕੇ 9:30 ਵਜੇ ਤੱਕ ਭਾਰਤੀ ਸਮੇਂ ਦੇ ਮੁਤਾਬਕ ਪ੍ਰਸਾਰਿਤ ਕੀਤਾ ਜਾਂਦਾ ਸੀ, ਲਾਈਵ ਕੀਤਾ ਜਾਂਦਾ ਸੀ। ਅਤੇ ਹੁਣ ਜਿਸ ਤਰ੍ਹਾਂ ਦੇ ਨਾਲ ਬਦਲਾਅ ਆਉਂਦੇ ਨੇ, ਮੌਸਮ ਦੇ ਵਿੱਚ ਵੀ ਬਦਲਾਅ ਆਉਂਦੇ ਨੇ, ਉਸੇ ਤਰ੍ਹਾਂ ਅਮੈਰੀਕਾ ਕੈਨੇਡਾ ਦਾ ਟਾਈਮ ਵੀ ਬਦਲ ਜਾਂਦਾ, ਤਾਂ ਉਹਦੇ ਮੁਤਾਬਕ ਅਸੀਂ ਵੀ ਥੋੜ੍ਹਾ ਜਿਹਾ ਬਦਲਾਅ ਕੀਤਾ। ਭਾਰਤੀ ਸਮਾਂ ਬਦਲ ਦਿੱਤਾ ਗਿਆ, ਭਾਰਤੀ ਸਮੇਂ ਦੇ ਮੁਤਾਬਕ ਇਹ ਪ੍ਰੋਗਰਾਮ ਹੁਣ ਜੋ ਤੁਹਾਡਾ ਆਪਣਾ ਪ੍ਰੋਗਰਾਮ ਹੈ ਖਬਰਾਂ ਦਾ ਸਿਰਾ, ਜਿਹਦਾ ਤੁਸੀਂ ਹਿੱਸਾ ਹੋ, ਪਰਿਵਾਰ ਦਾ ਹਿੱਸਾ ਹੋ D5 ਚੈਨਲ ਪੰਜਾਬੀ ਦੇ, ਉਹ ਪ੍ਰੋਗਰਾਮ ਹੁਣ ਤੁਸੀਂ ਸਵੇਰੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਲਾਈਵ ਦੇਖੋਗੇ। ਇਹਦੇ ਵਿੱਚ ਤੁਸੀਂ ਕਾਲ ਵੀ ਕਰ ਸਕਦੇ ਹੋ, ਸੁਝਾਅ ਦੇ ਸਕਦੇ ਹੋ, ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ, ਅਤੇ ਆਪਣੇ ਗਲੀ ਮੁਹੱਲੇ ਹਲਕੇ ਇਲਾਕੇ ਦਾ ਕੋਈ ਵੀ ਮੁੱਦਾ ਸਾਡੇ ਨਾਲ ਸਿੱਧੇ ਤੌਰ ਦੇ ਉੱਤੇ ਸਾਂਝਾ ਕਰ ਸਕਦੇ ਹੋ। ਅਤੇ ਇਸ ਪ੍ਰੋਗਰਾਮ ਦੇ ਵਿੱਚ ਉਸੇ ਤਰ੍ਹਾਂ ਹੀ ਗੁਰਨਾਮ ਸਿੰਘ ਕੀਦਾ, ਸੀਨੀਅਰ ਪੱਤਰਕਾਰ ਅਤੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਵੀ ਸ਼ਿਰਕਤ ਕਰਿਆ ਕਰਨਗੇ ਟਾਈਮ ਟੂ ਟਾਈਮ, ਅਤੇ ਨਾਲ ਹੀ ਮੈਂ ਵੀ ਤੁਹਾਡੇ ਨਾਲ ਹਾਜ਼ਰ ਹੋਇਆ ਕਰਾਂਗਾ। ਅਤੇ ਰੋਜ਼ਾਨਾ ਤੁਸੀਂ ਹੁਣ ਪ੍ਰੋਗਰਾਮ ਦੇਖਣਾ ਹੈ ਭਾਰਤੀ ਸਮੇਂ ਦੇ ਮੁਤਾਬਕ ਸਵੇਰੇ 7 ਤੋਂ ਲੈ ਕੇ 8 ਵਜੇ ਤੱਕ ਭਾਰਤੀ ਸਮੇਂ ਮੁਤਾਬਕ ਅਸੀਂ ਤੁਹਾਡੇ ਨਾਲ ਰੋਜ਼ਾਨਾ ਰੂਬਰੂ ਹੋਇਆ ਕਰਾਂਗੇ, ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਖਬਰਾਂ ਦੇ ਸਿਰੇ ਦੇ ਵਿੱਚ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ, ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ .com D5 ਚੈਨਲ ਪੰਜਾਬੀ, ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।